ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਬਾਰੇ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਕਿ ਤੁਸੀਂ ਆਨਲਾਈਨ ਇਸ ਦਾ ਸਟੈਪ ਬਾਈ ਸਟੈਪ ਆਪ ਫਾਰਮ ਕਿਵੇਂ ਭਰ ਸਕਦੇ ਹੋ ਤੇ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇਸ ਦਾ ਆਨਲਾਈਨ ਫਾਰਮ ਨੂੰ ਭਰਨ ਦਾ ਲਿੰਕ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗਾ ਤੁਸੀਂ ਉਥੋਂ ਸਿੱਧਾ ਇਸ ਤੇ ਜੋ ਲਿੰਕ ਤੇ ਕਲਿੱਕ ਕਰਕੇ ਇਸ ਪੇਜ ਤੇ ਵਿਜ਼ਿਟ ਕਰ ਸਕਦੇ ਹੋ ਤੇ ਫਾਰਮ ਨੂੰ ਭਰ ਸਕਦੇ ਹੋ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਜਿਹਾ ਪੇਜ ਨਜ਼ਰ ਆਵੇਗਾ ਤੇ ਇੱਥੇ ਤੁਸੀਂ ਜੋ ਕਿ ਆਪਣੀ ਡਿਟੇਲ ਨੂੰ ਭਰਨਾ ਹੈ ਤੇ ਚਲਦੇ ਹਾਂ ਡਿਟੇਲ ਨੂੰ ਭਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਫੋਨ ਨੰਬਰ ਨੂੰ ਭਰਨਾ ਹੈ ਫੋਨ ਨੰਬਰ ਨੂੰ ਭਰਨ ਤੋਂ ਬਾਅਦ ਤੁਸੀਂ ਇੱਥੇ ਵੈਲੀਡੇਟ ਮੋਬਾਈਲ ਨੰਬਰ ਹੈ ਇਸ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਇੱਕ OTP ਆਵੇਗਾ ਤੁਹਾਡੇ ਫੋਨ ਤੇ ਤੁਸੀਂ OTP ਨੂੰ ਭਰ ਕੇ ਇੱਥੇ ਸਬਮਿਟ ਕਰ ਦੇਣਾ ਹੈ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੋਬਾਈਲ ਨੰਬਰ ਸਾਡਾ ਵੈਰੀਫਾਈ ਹੋ ਚੁੱਕਿਆ ਹੈ OTP ਨੂੰ ਭਰ ਕੇ ਹੁਣ ਅਸੀਂ ਈਮੇਲ ਭਰਾਂਗੇ ਈਮੇਲ ਨੂੰ ਇਦਾਂ ਤੁਸੀਂ ਈਮੇਲ ਨੂੰ ਭਰ ਕੇ ਵੈਲੀਡੇਟ ਈਮੇਲ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਫਿਰ OTP ਭਰ ਕੇ ਤੁਸੀਂ ਇਸ ਨੂੰ ਜੋ ਸਬਮਿਟ ਕਰ ਦੇਣਾ ਹੈ ਅਤੇ ਮੋਬਾਈਲ ਨੰਬਰ ਨੂੰ ਵੈਰੀਫਾਈ ਕਰਕੇ ਤੁਸੀਂ ਆਪਣਾ ਨਾਮ ਭਰਨਾ ਹੈ ਆਪਣੇ ਫਾਦਰ ਦਾ ਨਾਮ ਡੇਟ ਆਫ ਬਰਥ ਭਰਨੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਜੈਂਡਰ ਸਿਲੈਕਟ ਕਰ ਲੈਣਾ ਹੈ ਮੇਲ ਜਾਂ ਫੀਮੇਲ ਕੈਂਡੀਡੇਟ ਹੋ ਤੁਸੀਂ ਫਿਰ ਉਸ ਤੋਂ ਬਾਅਦ ਤੁਸੀਂ ਇੱਥੇ ਜੋ ਆਪਣੀ ਕੈਟਾਗਰੀ ਨੂੰ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਜੋ ਆਪਣੇ ਪੰਜਾਬਲੇ ਮੇ ਪੋਸਟਾ ਦੱਸ ਰਹੇ ਹੋ ਤੁਸੀਂ ਪੰਜਾਬ ਨੂੰ ਇੱਥੇ ਸਿਲੈਕਟ ਕਰ ਲੈਣਾ ਹੈ ਜਿਹੜੇ ਵੀ ਕੈਂਡੀਡੇਟ ਕਿਸੇ ਹੋਰ ਸਟੇਟ ਤੋਂ ਬਿਲੋਂਗ ਕਰਦੇ ਹਨ ਉਹ ਆਪਣੀ ਸਟੇਟ ਨੂੰ ਇੱਥੇ ਜੋ ਸਿਲੈਕਟ ਕਰ ਸਕਦੇ ਹਨ ਇੱਥੇ ਅਸੀਂ ਪੰਜਾਬ ਸਿਲੈਕਟ ਕਰਾਂਗੇ ਇੱਥੇ ਪੁੱਛ ਰਿਹਾ ਕਿ ਤੁਸੀਂ 10ਵੀਂ ਕਦੋਂ ਪਾਸ ਕੀਤੀ ਸੀ ਤੁਸੀਂ ਈਅਰ ਲਿਖ ਦੇਣਾ ਹੈ ਸਤਿ ਸ਼੍ਰੀ ਅਕਾਲ ਇੱਕ ਕੈਪਚਾ ਨੂੰ ਤੁਸੀਂ ਇੱਥੇ ਭਰ ਕੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਤੇ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਫਰਸਟ ਸਟੇਜ ਆਫ ਰਜਿਸਟ੍ਰੇਸ਼ਨ ਇਜ਼ ਕੰਪਲੀਟ ਪਲੀਜ਼ ਕੰਟੀਨਿਊ ਫਿਲਿੰਗ ਦੀ ਡਿਟੇਲ ਐਂਡ ਰਜਿਸਟ੍ਰੇਸ਼ਨ ਤੁਸੀਂ ਓਕੇ ਤੇ ਕਲਿੱਕ ਕਰ ਦੇਣਾ ਹੈ ਸਾਡਾ ਰਜਿਸਟ੍ਰੇਸ਼ਨ ਜੋ ਹੋ ਚੁੱਕਿਆ ਹੈ ਇਸ ਤੋਂ ਬਾਅਦ ਅਸੀਂ ਸੈਕੰਡ ਸਟੈਪ ਤੇ ਆਪਣਾ ਜੋ ਇੱਥੇ ਆਧਾਰ ਕਾਰਡ ਨੂੰ ਤੁਸੀਂ ਭਰਨਾ ਹੈ ਦੋਸਤੋ ਵਾਤ ਤੁਸੀਂ ਇੱਥੇ ਇਹ ਪੁੱਛ ਰਿਆ ਨੇ ਕਿ ਤੁਸੀਂ ਡਿਸੇਬਲ ਕੈਂਡੀਡੇਟ ਹੋ ਤਾਂ ਤੁਸੀਂ ਇੱਥੇ yes or no ਕਰ ਸਕਦੇ ਹੋ ਤੇ ਦੋਸਤੋ ਇਨ ਤਿੰਨੋਂ ਪਾਸਿਆਂ ਨੂੰ ਤੁਸੀਂ ਜਿਹੜੀ ਪਪਾ ਛਪੜੀ ਹੋਵੇਗੀ ਤੁਸੀਂ ਇੱਥੇ ਟਿਕ ਕਰਕੇ ਓਕੇ ਤੇ ਜ਼ਰੂਰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਪੁੱਛ ਰਿਹਾ ਨੇ ਕਿ ਤੁਸੀਂ EMPLOYE CANDIDATE ਹੋ ਜਾਂ ਤੁਸੀਂ ਇੱਥੇ Yes or No ਕਰ ਸਕਦੇ ਹੋ ਇੱਥੇ ਉਸ ਤੋਂ ਬਾਅਦ ਤੁਸੀਂ ਫੋਟੋ ਅਤੇ ਆਪਣੀ ਸਿਗਨੇਚਰ ਨੂੰ ਤੁਸੀਂ ਅਪਲੋਡ ਕਰਨਾ ਹੈ ਤੇ ਦੋਸਤੋ ਇੱਥੇ ਤੁਸੀਂ ਸਟੈਪ ਅਗਲੇ ਸਟੈਪ 'ਚ ਤੁਸੀਂ ਫੋਟੋ ਅਤੇ ਆਪਣੀ ਸਿਗਨੇਚਰ ਨੂੰ ਤੁਸੀਂ ਅਪਲੋਡ ਕਰ ਦੇਣਾ ਹੈ ਤੇ ਇਹਨਾਂ ਦੀ ਸਾਈਜ਼ ਇੱਥੇ ਦੱਸੀ ਗਈ ਹੈ ਤੁਸੀਂ ਇਸ ਤੋਂ ਘੱਟ ਹੀ ਸਾਈਜ਼ ਰੱਖਣਾ ਹੈ ਇਹਨਾਂ ਦਾ ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਇੱਕ ਵਾਰ ਫਿਰ ਤੋਂ ਤੁਸੀਂ ਡਿਟੇਲ ਨੂੰ ਦੇਖ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਫਾਈਨਲ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਜਾਨੀ ਕਿ ਤੁਹਾਡਾ ਫਾਈਨਲ ਜੋ ਰਜਿਸਟ੍ਰੇਸ਼ਨ ਹੈ ਉਹ ਪੂਰਾ ਹੋ ਚੁੱਕਿਆ ਹੈ ਤੁਹਾਨੂੰ ਇੱਥੇ ਜੋ ਤੁਹਾਡਾ ਜੋ ਰਜਿਸਟ੍ਰੇਸ਼ਨ ਨੰਬਰ ਵੀ ਮਿਲ ਚੁੱਕਿਆ ਹੈ ਇਸ ਤੋਂ ਬਾਅਦ ਤੁਸੀਂ ਇਸ ਨੂੰ ਕਾਪੀ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਅਪਲਾਈ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਸਰਕਲ ਨੂੰ ਭਰ ਕੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਤੇ ਦੋਸਤੋ ਫਿਰ ਤੋਂ OTP ਆ ਚੁੱਕਿਆ ਹੈ ਤੁਹਾਡੇ ਫੋਨ ਨੰਬਰ ਤੇ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਨੰਬਰ ਜੋ ਕਰਨੇ ਵੇਲੇ ਭਰਿਆ ਸੀ ਉਹ OTP ਇੱਥੇ ਤੁਸੀਂ ਭਰ ਦੇਣਾ ਹੈ ਤੇ ਫਿਰ ਤੁਸੀਂ ਜੋ ਆਪਣਾ ਐਪਲੀਕੇਸ਼ਨ ਫਾਰਮ ਨੂੰ ਫਰਦਰ ਅੱਗੇ ਭਰ ਸਕਦੇ ਹੋ ਤੇ ਚਲਦੇ ਹਾਂ OTP ਨੂੰ ਭਰਦੇ ਹਾਂ OTP ਨੂੰ ਭਰ ਕੇ ਤੁਸੀਂ ਜੋ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਫਿਰ ਦੇਖ ਸਕਦੇ ਹੋ ਕਿ ਤੁਹਾਡਾ ਫਾਰਮ ਜੋ ਸਕਸੈਸਫੁਲੀ ਲੌਗਇਨ ਹੋ ਚੁੱਕਿਆ ਹੈ ਤੇ ਤੁਸੀਂ ਇੱਥੇ ਆਪਣੀ ਬਾਕੀ ਦੀ ਜੋ ਡਿਟੇਲ ਹੈ ਉਸ ਨੂੰ ਭਰਨਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੂੰ ਭਰਨਾ ਹੈ ਦੇ ਦੋਸਤੋ ਇੱਥੇ ਤੁਸੀਂ ਐਡਰੈਸ ਨੂੰ ਭਰ ਦੇਣਾ ਹੈ ਤੁਸੀਂ ਇੱਥੇ ਵਿਲੇਜ ਪੋਸਟ ਆਫਿਸ ਤਹਿਸੀਲ ਦਾ ਨਾਮ ਲਿਖ ਦੇਣਾ ਹੈ ਤੇ ਜੇਕਰ ਤੁਹਾਡਾ ਕਮਿਊਨੀਕੇਸ਼ਨ ਐਡਰੈਸ ਤੇ ਪਰਮਨੈਂਟ ਐਡਰੈਸ ਸੇਮ ਹੈ ਤਾਂ ਤੁਸੀਂ Yes ਤੇ ਕਲਿੱਕ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਅਲੱਗ-ਅਲੱਗ ਵੀ ਭਰ ਸਕਦੇ ਹੋ ਉਸ ਤੋਂ ਉਸ ਤੋਂ ਬਾਅਦ ਥੱਲੇ ਸਕਰੋਲ ਕਰਦੇ ਹਾਂ ਇੱਥੇ ਤੁਸੀਂ ਆਪਣੀ 10th ਦੀ ਡਿਟੇਲ ਨੂੰ ਭਰਨਾ ਹੈ ਕਿ ਤੁਸੀਂ 10th ਕਦੋਂ ਪਾਸ ਕੀਤੀ ਹੈ ਤੁਸੀਂ ਇੱਥੇ ਜੋ ਕਲਿੱਕ ਕਰਨਾ ਹੈ ਇੱਥੇ ਤੁਹਾਨੂੰ ਸਾਹਮਣੇ ਨਜ਼ਰ ਆ ਜਾਵਣਗੇ ਜਿਵੇਂ ਕਿ ਤੁਸੀਂ ਸੈਂਟਰ ਬੋਰਡ ਤੋਂ ਕੀਤੀ ਹੈ 10th ਜਾਂ ਫਿਰ ਸਟੇਟ ਬੋਰਡ ਤੋਂ ਕੀਤੀ ਹੈ ਤੇ ਜੇਕਰ ਤੁਸੀਂ ਸਟੇਟ ਬੋਰਡ ਤੋਂ ਕੀਤੀ ਹੈ ਤੁਹਾਡੇ ਸਾਹਮਣੇ ਇਸ ਦਾ ਹੀ ਇਅਰ ਸਾਹਮਣੇ ਆ ਜਾਵੇਗਾ ਤੁਸੀਂ ਇਸ ਨੂੰ ਸਿਲੈਕਟ ਕਰ ਲੈਣਾ ਹੈ ਦੋਸਤੋ ਇੱਥੇ ਤੁਹਾਨੂੰ ਆਪਣੇ ਜੋ ਵੱਖੋ ਵੱਖਰੇ ਜੋ ਸਬਜੈਕਟਾਂ ਦੇ ਨੰਬਰ ਨੂੰ ਇੱਥੇ ਭਰਨਾ ਹੋਵੇਗਾ ਤੁਸੀਂ ਉਹਨਾਂ ਨੂੰ ਦੇਖ ਕੇ ਸਾਰੇ ਨੰਬਰਾਂ ਨੂੰ ਤੁਸੀਂ ਜੋ ਭਰ ਸਕਦੇ ਹੋ ਆਪਣੀ ਮਾਰਕਸ਼ੀਟ ਨੂੰ ਦੇਖ ਕੇ ਉਹ ਤੁਹਾਡੇ ਜੋ ਵੀ ਇਲੈਕਟਿਵ ਸਬਜੈਕਟ ਹੋਣਗੇ ਫਿਜ਼ੀਕਲ ਐਜੂਕੇਸ਼ਨ ਕੰਪਿਊਟਰ ਜਾਂ ਹੈਲਥ ਐਂਡ ਐਜੂਕੇਸ਼ਨ ਜਾਂ ਤੁਹਾਡੇ ਜੋ ਡਰਾਇੰਗਸ ਹੋਵੇਗੀ ਉਹਨਾਂ ਨੂੰ ਦੇਖ ਕੇ ਤੁਸੀਂ ਇੱਥੇ ਆਪਣੇ ਤੇ ਦੋਸਤੋਂ ਨੰਬਰਾਂ ਨੂੰ ਭਰਨ ਤੋਂ ਬਾਅਦ ਤੁਸੀਂ ਸੇਵ ਅਤੇ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਸੇਵ ਅਤੇ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਜੋ ਪੇਜ ਨਜ਼ਰ ਆ ਜਾਵੇਗਾ ਇੱਥੇ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਪ੍ਰੈਫਰੈਂਸ ਕਿਵੇਂ ਭਰਨੀ ਹੈ ਤੇ ਸਪੇਸ ਦੇ ਆਉਣ ਤੋਂ ਬਾਅਦ ਤੁਸੀਂ ਇੱਥੇ ਸਿਲੈਕਟ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ A ਡਿਵੀਜ਼ਨ ਸਿਲੈਕਟ ਕਰਨ ਦੇ ਲਈ ਬੋਲੇਗਾ ਤੁਸੀਂ ਇਸ ਦੇ ਵਿੱਚੋਂ ਸਿਰਫ ਇੱਕ ਹੀ ਡਿਵੀਜ਼ਨ ਸਿਲੈਕਟ ਕਰ ਸਕਦੇ ਹੋ ਤੁਸੀਂ ਅੰਬਰੀ ਸਰ ਕਰ ਲੋ ਜਾਂ ਤੁਸੀਂ ਜੋ ਚੰਡੀਗੜ੍ਹ ਕਰ ਲੋ ਜਾਂ ਫਿਰੋਜ਼ਪੁਰ ਗੁਰਦਾਸਪੁਰ ਕੋਈ ਵੀ ਕਰ ਲੋ ਤੁਸੀਂ ਇੱਕ ਇੱਥੇ ਸਿਲੈਕਟ ਕਰ ਲੈਣੀ ਜਿਵੇਂ ਕਿ ਅਸੀਂ ਗੁਰਦਾਸਪੁਰ ਇੱਥੇ ਸਿਲੈਕਟ ਕਰਾਵਾਂਗੇ ਤੇ ਗੁਰਦਾਸਪੁਰ ਦੇ ਵਿੱਚ ਜਿੱਥੇ-ਜਿੱਥੇ ਵੀ ਜੋ ਵੈਕੈਂਸੀਆਂ ਨਿਕਲੀਆਂ ਹੋਵੇਆਂ ਕਿਆਂ ਉਹ ਸਭ ਕੁਝ ਇੱਥੇ ਸਾਹਮਣੇ ਆ ਜਾਣਗੀਆਂ ਤੇ ਤੁਸੀਂ ਇੱਥੇ ਪ੍ਰੈਫਰੈਂਸ ਵਾਈਜ਼ ਉਸ ਨੂੰ ਤੁਸੀਂ ਭਰ ਦੇਣਾ ਹੈ ਜਿਵੇਂ ਕਿ ਅਸੀਂ ਇੱਥੇ ਇੱਕ ਨੰਬਰ ਭਰਾਂਗੇ ਫਿਰ ਦੋ ਨੰਬਰ ਭਰਾਂਗੇ ਫਿਰ ਤਿੰਨ ਨੰਬਰ ਭਰਾਂਗੇ ਇਹ ਜਿੰਨੀਆਂ ਵੀ ਪ੍ਰੈਫਰੈਂਸ ਹੈ ਤੁਹਾਨੂੰ ਸਾਰੀਆਂ ਹੀ ਭਰਨੀਆਂ ਹੋਣਗੀਆਂ ਤੇ ਦੋਸਤੋ ਇਸ ਜੋ ਡਿਵੀਜ਼ਨ ਦੇ ਤਿੰਨ ਪੇਜ ਸੀ ਜਾਨਕਿ ਇਥੇ 25 ਪੋਸਟਾਂ ਤੱਕ ਜੋ ਵੈਕੈਂਸੀਆਂ ਨਿਕਲੀਆਂ ਸੀ ਤੇ ਇਥੇ ਤੁਸੀਂ ਦੇਖ ਸਕਦੇ ਹੋ ਇੱਕ ਪੇਜ ਨੰਬਰ ਦੋ ਪੇਜ ਨੰਬਰ ਇੰਨੇ ਪੇਜ ਨੰਬਰ ਇੱਥੇ ਸਾਰਿਆਂ ਨੂੰ ਤੁਸੀਂ ਸਿਲੈਕਟ ਕਰਨਾ ਹੋਵੇਗਾ ਸਾਰਿਆਂ ਨੂੰ ਪੋਸਟ ਪ੍ਰੈਫਰੈਂਸ ਦੋ ਦੇਣੀ ਹੋਵੇਗੀ ਉਸ ਤੋਂ ਬਾਅਦ ਪਲੀਜ਼ ਸਿਲੈਕਟ ਦੀ ਸਰਕਲ ਡਿਵੀਜ਼ਨ ਫਾਰ ਦੀ ਵੈਰੀਫਿਕੇਸ਼ਨ ਫਾਰ ਡਾਕੂਮੈਂਟ ਇਨ ਕੇਸ ਆਫ ਸਿਲੈਕਸ਼ਨ ਤੇ ਇਹ ਪੁੱਛ ਰਿਹਾ ਨੇ ਕਿ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ ਤਾਂ ਤੁਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਰਾਉਣ ਲਈ ਕਿੱਥੇ ਤੁਸੀਂ ਜੋ ਜਾ ਸਕਦੇ ਹੋ ਤੁਸੀਂ ਇੱਥੇ ਆਪਣੀ ਡਿਵੀਜ਼ਨ ਨੂੰ ਇੱਥੇ ਸਿਲੈਕਟ ਕਰ ਸਕਦੇ ਹੋ ਆਪਣੇ ਨੇੜੇ ਦੀ ਕੋਈ ਵੀ ਤੁਸੀਂ ਡਿਵੀਜ਼ਨ ਨੂੰ ਇੱਥੇ ਸਿਲੈਕਟ ਕਰਨਾ ਹੈ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਜਾਣ ਲਈ ਤੇ ਇੱਥੇ ਤੁਸੀਂ ਇੱਥੇ ਗੁਰਦਾਸਪੁਰ ਵੀ ਭਰ ਸਕਦੇ ਹੋ ਜੇ ਤੁਹਾਡੇ ਨੇੜੇ ਪੈਂਦਾ ਹੈ ਕੋਈ ਵੀ ਤੁਸੀਂ ਇੱਥੇ ਡਿਸਟ੍ਰਿਕਟ ਨੂੰ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸੇਵ ਐਂਡ ਪ੍ਰੋਸੀਡ ਤੇ ਕਲਿੱਕ ਉਸ ਤੋਂ ਬਾਅਦ ਸੇਵ ਅਤੇ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਦੇਖ ਸਕਦੇ ਹੋ ਕਿ ਸਾਡਾ ਜੋ ਐਪਲੀਕੇਸ਼ਨ ਫਾਰਮ ਹੈ ਸਬਮਿਟਡ ਸਕਸੈਸਫੁਲੀ ਹੋ ਚੁੱਕਿਆ ਹੈ ਤੁਸੀਂ ਇੱਥੇ ਓਕੇ ਤੇ ਕਲਿੱਕ ਕਰ ਸਕਦੇ ਹੋ ਤੇ ਫਿਰ ਤੁਸੀਂ ਇਹ ਤੁਹਾਡੇ ਸਾਹਮਣੇ ਜੋ ਤੁਸੀਂ ਫਾਰਮ ਭਰਿਆ ਹੋਵੇਗਾ ਸਾਹਮਣੇ ਆ ਜਾਵੇਗਾ ਤੁਸੀਂ ਇਸ ਨੂੰ ਪ੍ਰਿੰਟ ਆਊਟ ਨਿਕਲਵਾ ਕੇ ਆਪਣੇ ਕੋਲ ਤੁਸੀਂ ਰੱਖ ਸਕਦੇ ਹੋ ਤੇ ਇੱਥੇ ਦੇਖ ਸਕਦੇ ਹੋ ਕਿ ਇਸ ਦਾ ਜੋ ਪ੍ਰਿੰਟ ਆਊਟ ਜੋ ਪੇਜ ਹੈ ਉਹ ਵੀ ਸਾਹਮਣੇ ਆ ਚੁੱਕਿਆ ਹੈ ਇਸ ਇਸ ਤਰ੍ਹਾਂ ਤੁਸੀਂ ਪੇਜ ਨੂੰ ਜੋ ਪ੍ਰਿੰਟ ਆਊਟ ਕਰਕੇ ਆਪਣੇ ਕੋਲ ਰੱਖ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਜਵਾਰ